ਬਲੌਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਨਸ਼ਾ ਸਮਗਲਰ ਨੂੰ ਭਾਰੀ ਮਾਤਰਾ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ। ਕਰੋੜਾਂ ਦੀ ਦੱਸੀ ਜਾ ਰਹੀ ਹੈ ਹੈਰੋਇਨ ਦੀ ਕੀਮਤ। ਫਲੋਰ ਐਸਐਸਪੀ ਜ਼ਿਲ੍ਹਾ ਜਲੰਧਰ ਦੇਹਾਤੀ ਨਵਜੋਤ ਸਿੰਘ ਮਾਲ ਅਤੇ ਡੀਐਸਪੀ ਫਲੋਰ ਦਵਿੰਦਰ ਕੁਮਾਰ ਅਤਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਭੈੜੇ ਅੰਸਰਾਂ ਤੇ ਨਕੇਲ ਕੱਸਣ ਲਈ ਐਸਐਚਓ ਫਲੋਰ ਸੁੱਖਾ ਸਿੰਘ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਚੌਂਕੀ ਇੰਚਾਰਜ ਅਪਰਾਣੇ ਪੁਲਿਸ ਪਾਰਟੀ ਸਮੇਤ ਸਤਲੁਜ ਦਰਿਆ ਹਾਈਵੇ ਟੈਕ ਤੇ ਨਾਕੇਬੰਦੀ ਦੌਰਾਨ ਇੱਕ ਬੱਸ ਦੀ ਤਲਾਸ਼ੀ ਲੈ ਗਏ ਤਾਂ ਇੱਕ ਵਿਅਕਤੀ ਨੇ ਬੱਸ ਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਜਦੋਂ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਮਾਰਕੀਟ ਕੀਮਤ 1 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੋਸ਼ੀ ਦੀ ਪਹਿਚਾਣ ਅਜੇਪਾਲ ਸਿੰਘ ਵਾਸੀ ਤਰਨ ਤਾਰਨ ਰੋਡ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਸ਼ਾ ਸਪਲਾਈ ਦਾ ਕੰਮ ਕਰਦਾ ਹੈ ਅਤੇ ਇਹ ਨਸ਼ਾ ਦਿੱਲੀ ਤੋਂ ਲੈ ਕੇ ਆ ਰਿਹਾ ਸੀ ਅਤੇ ਸਾਰੀ ਤਸਕਰੀ ਜੇਲ੍ਹ ਵਿੱਚੋਂ ਬੈਠੇ ਮਿੱਠੂ ਨਾਮਕ ਵਿਅਕਤੀ ਦੇ ਵੱਲੋਂ ਚਲਾਈ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਹੋਰ ਪੁੱਛਗਿੱਛ ਲਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਹੈ। ਫਲੋਰ ਤੋਂ ਸੁਰਿੰਦਰ ਸਿੰਘ ਦੇ ਨਾਲ ਪ੍ਰਭਪਾਲ ਦੀ ਰਿਪੋਰਟ। ਨਾਕਾ ਸਤਲੁਜ ਪੁਲ ਤੋਂ ਗ੍ਰਿਫਤਾਰ ਕੀਤਾ ਜਿਸ ਦੀ ਅਗਵਾਈ ਐਸਸੀ ਸੁਖਦੇਵ ਸਿੰਘ ਇੰਚਾਰਜ ਚੌਕੀ ਅਪਰਾ ਤੇ ਜਿਹੜੇ ਸਾਡੇ ਹਾਈਟੈਕ ਦੇ ਉੱਪਰ ਵਿਸ਼ਵਾਸ ਉਹਦੇ ਤੇ ਹੁਸਨ ਲਾਲ ਐਂਡ ਪਾਰਟੀ ਨਾਕੇ ਦੇ ਜਿਹੜੇ ਨੇ 24 ਘੰਟੇ ਨਾਕਾ ਲੱਗਦਾ ਉੱਥੇ ਚੈਕਿੰਗ ਕੀਤੀ। ਦੌਰਾਨੇ ਚੈਕਿੰਗ ਜਿਹੜਾ ਹੈਗਾ ਇੱਕ ਬੱਸ ਵਿੱਚੋਂ ਜਦੋਂ ਬੱਸ ਰੋਕਣੀ ਕੋਸ਼ਿਸ਼ ਤਾਂ ਪਿਛਲੀ ਧਰਤੀ ਵਿੱਚ ਇੱਕ ਬੰਦੇ ਨੇ ਉੱਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਸੁਖਦੇਵ ਸਿੰਘ ਹੋਰਾਂ ਨੇ ਆਪਣੀ ਪਾਰਟੀ ਨਾਲ ਉਹਨੂੰ ਕਾਬੂ ਕੀਤਾ। ਉਹ ਜੋ ਉਹਦਾ ਨਾਂ ਪਤਾ ਅਜੇਪਾਲ ਸਿੰਘ ਪੁੱਤਰ ਕੇਵਲ ਸਿੰਘ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਦਾ ਜਿਹੜਾ ਪਤਾ ਲੱਗਿਆ ਅਤੇ ਉਹਦੇ ਜਿਹੜਾ ਹੱਥ 'ਚ ਬੈਗ ਫੜਿਆ ਸੀਗਾ ਕਾਲਾ ਬੈਗ ਉਹਦੀ ਜਦੋਂ ਤਲਾਸ਼ੀ ਕੀਤੀ ਉਹਦੇ 260 ਗ੍ਰਾਮ ਜਿਹੜੇ ਆ ਕਿਲੋ ਨੂੰ ਬਰਾਮਦ ਹੋਈ ਜਿਹਨੂੰ ਚਿੱਟਾ ਕਹਿੰਦੇ ਆ ਅਤੇ ਇਹਨੂੰ ਇਹਤੋਂ ਬਰਾਮਦਗੀ ਕਰਕੇ ਅਤੇ ਇਹਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਅਤੇ ਅੱਜ ਮਾਨਯੋਗ ਅਦਾਲਤ ਪੇਸ਼ ਕੀਤਾ ਅਤੇ ਇਹਦਾ ਪੁਲਿਸ ਮੰਨ ਲਿਆ ਗਿਆ। ਦੌਰਾਨੇ ਪੁੱਛੇ ਸਿੰਘ ਨੇ ਦੱਸਿਆ ਕਿ ਵੀ ਇਹ ਜਿਹੜਾ ਮੈਂ ਮਾਲ ਆ ਇੱਕ ਇਹਦਾ ਕੋਈ ਨਾਲ ਦਾ ਪਾਰਟਨਰ ਹੈ ਮਿੱਠੂ ਅੰਮ੍ਰਿਤਸਰ ਤੋਂ ਉਹ ਇਸ ਵੇਲੇ ਸੈਂਟਰ ਜਿਹੜਾ ਅੰਮ੍ਰਿਤਸਰ ਵਿੱਚ ਬਣਦਾ ਉਹਦੇ ਇਹਨੇ ਇਕੱਠੇ ਪਾਰਟਨਰ ਨੇ ਇਹਨਾਂ ਨੇ ਜਿਹੜਾ ਦੌਰਾਨੇ ਪੁੱਛੇ ਦੱਸਿਆ ਜਿਹੜਾ ਮਾਲ ਮੈਂ ਦਿੱਲੀ ਤੋਂ ਲੈ ਕੇ ਆਇਆ ਉੱਥੇ ਲਾਲ ਕਿਲੇ ਦੇ ਮਿੱਠੂ ਦੇ ਰਹਿਣ ਦਾ ਵੀ ਲਾਲ ਕਿਲੇ ਦੇ ਅੱਗੇ ਖੜ ਕੇ ਉੱਥੇ ਇੱਕ ਬੰਦਾ ਜਿਹੜਾ ਪਰਚੀ ਸਿਸਟਮ ਸੀ ਉੱਥੋਂ ਉਹਨੂੰ ਪਰਚੀ ਦਿਖਾਈ ਕਿਉਂਕਿ ਪਹਿਲਾਂ ਮਿੱਠੂ ਨੂੰ ਜੇਲ੍ਹ ਵਿੱਚੋਂ ਫੋਨ ਕਰਕੇ ਉਹਨੂੰ ਟਾਈਅਪ ਕੀਤਾ ਸੀਗਾ ਸਪਲਾਇਰ ਨੂੰ ਅਤੇ ਉਹਨੇ ਜਦੋਂ ਪਰਚੀ ਦਿਖਾਈ ਵੀ ਹਾਂ ਇਹ ਮੈਂ ਵੀ ਤੂੰ ਅਜੇ ਪਾ ਲਾ ਆਹ ਤੇਰਾ ਨੰਬਰ ਆ ਉਹਦੇ ਉਹਨੇ ਰਜਿਸਟ ਕੀਤੀ ਵੀ ਹਾਂ ਉਹ ਤੋਂ ਬਾਅਦ ਉਹਨੇ ਪੈਸੇ ਲੈ ਕੇ ਅਤੇ ਇਹਨੂੰ ਜਿਹੜਾ ਆਪਣਾ ਮਾਲ ਜਿਹੜੀ ਮੈਨੂੰ ਉਹਨੂੰ ਸਪਲਾਈ ਕੀਤੀ ਆ ਅਤੇ ਉਹਦੇ ਕਾਬੂ ਕੀਤਾ ਅਤੇ ਹੋਰ ਅੱਗੇ ਜਿਹੜਾ ਕੁਛ ਇਸ ਦੌਰਾਨ ਕੋਈ ਸਾਹਮਣੇ ਆਊਗਾ ਉਹਨੂੰ ਵੀ ਅਸੀਂ ਅਰੈਸਟ ਕਰਾਂਗੇ। ਅੱਗੇ ਕੋਈ ਐਫ ਆਈ ਆਰ? ਹਾਂਜੀ ਐਫ ਆਈ ਆਰ ਉਹ ਚੈੱਕ ਕਰ ਰਹੇ ਖਤਮ ਦੇਖ ਇਹਦੇ ਨਾਲ ਕਿਹੜੇ ਕਿਹੜੇ ਸੀਗੇ ਅਤੇ ਇਹਦੇ ਅੱਗੇ ਆ ਕਿੱਥੋਂ ਲੈ ਕੇ ਆਇਆ ਅਤੇ ਅੰਮ੍ਰਿਤਸਰ ਕਿਹਨੂੰ ਦੇਣੀ ਸੀ ਉਹ ਸਾਰਾ ਤਫਤੀਸ਼ ਚਾਹੁੰਦਾ। ਕਿੰਨੀ ਕੀਮਤ ਬਣਦੀ ਸਰ ਡਰੱਗ ਜਿੰਨੀ? ਇਹ 260 ਗ੍ਰਾਮ ਹੈ ਹੀਰੋਇਨ ਇੰਟਰਨੈਸ਼ਨਲ ਮਾਰਕੀਟ ਦਾ 1.25 ਕਰੋੜ।